ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅਤੇ ਅੱਜ ਹੈ 27 April 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 27 April 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਥਾਲੀ ਵਿੱਚ ਕਿਹੜੀ ਰਾਜ ਸਰਕਾਰ ਨੇ ਚਾਰ ਮਹਾਨ ਖਿਡਾਰੀ ਕੌਰ ਸਿੰਘ ਦੌੜਾਕ ਮਿਲਖਾ ਸਿੰਘ ਬਲਵੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਐਲਾਨ ਕੀਤਾ ਹਾਂਜੀ ਰੀਸੈਂਟਲੀ ਪੰਜਾਬ ਦੀ ਗਵਰਨਮੈਂਟ ਨੇ ਚਾਰ ਖਿਡਾਰੀ ਕੌਰ ਸਿੰਘ ਜਿਹੜੇ ਕਿ ਮੁੱਕੇबाज ਆ ਫੇਮਸ ਦੌੜਾਕ ਮਿਲਖਾ ਸਿੰਘ ਬਲਵੀਰ ਸਿੰਘ ਸੀਨੀਅਰ ਤੇ ਇਹ ਗੁਰਵਚਨ ਸਿੰਘ ਰੰਦਾਵਾਦੀ ਜੀਵਨੀ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਐਲਾਨ ਕੀਤਾ অপਸ਼ਨ B ਇਜ਼ ਅ ਰਾਈਟ ਆਂਸਰ ਇਹ ਐਲਾਨ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਕੀਤਾ ਹੁਣ ਆਪਾਂ ਪੰਜਾਬ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਤੇ ਇੱਥੋਂ ਦੇ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਖੇਤਰਫਲ ਦੇ ਪੱਖੋਂ 19ਵਾਂ ਰਾਜ ਆ ਭਾਰਤ ਦਾ ਜਨਸੰਖਿਆ ਦੇ ਪੱਖੋਂ 15ਵਾਂ ਰਾਜ ਆ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ 21 ਵੈਟਲੈਂਡਸ ਆ ਜਿਸ ਦੇ ਵਿੱਚੋਂ 9 ਕੁਦਰਤ 9 ਮਨੋੱਖ ਦੁਆਰਾ ਬਣਾਈਆਂ ਗਈਆਂ ਨੇ ਅਤੇ 12 ਕੁਦਰਤੀ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ 21 ਵੈਟਲੈਂਡਸ ਆ ਪੰਜਾਬ ਦੇ ਵਿੱਚੋਂ ਠੀਕ ਹੈ ਇਹਨਾਂ ਦੇ ਵਿੱਚੋਂ 6 ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ ਕਿਹਨੂੰ ਲੱਗਦੀ ਹੈ ਪਾਕਿਸਤਾਨ ਨੂੰ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਹੈ ਕਿਹੜੇ-ਕਿਹੜੇ ਰਾਜਾਂ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਪੰਜਾਬ ਦੀ ਹੱਦ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਹੈ ਕਿਹੜੇ-ਕਿਹੜੇ ਆਹੋ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਠੀਕ ਹੈ ਤੇ ਪੰਜਾਬ ਦੇ ਉੱਤਰ ਪੂਰਬ ਵੱਲ ਕੀ ਆ ਆਪਾਂ ਮੈਪ ਦੇ ਵਿੱਚ ਡਾਇਰੈਕਸ਼ਨ ਚਾਰਟ ਬਣਾ ਲੈਨੇ ਆ ਪੰਜਾਬ ਦਾ ਉੱਤਰ ਪੂਰਬ ਉੱਤਰ ਪੂਰਬੇ ਡਾਇਰੈਕਸ਼ਨ ਹੋਗੀ ਇਸ ਦੇ ਵਿੱਚ ਕੀ ਆ ਸ਼ਿਵਾਲਕ ਦੀਆਂ ਪਹਾੜੀਆਂ ਨੇ ਠੀਕ ਹੈ ਤੇ ਦੱਖਣ ਪੱਛਮ ਕਿਹੜੀ ਡਾਇਰੈਕਸ਼ਨ ਹੋਗੀ ਇਹ ਵਾਲੀ ਤੇ ਇਹਦੇ ਵਿੱਚ ਕੀ ਆ ਰੇਤ ਦੇ ਟਿੱਬੇ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਪੰਜਾਬ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਰਾਕੇ ਗੁਪਤਾ ਪੰਡਾਰੀ ਨੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਪੰਜਾਬ ਸਰਕਾਰ ਨੇ ਗਿੱਤਾਂ ਦੇ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪੂਰਨ ਪਾਵਨ ਦੀ ਲਗਾ ਦਿੱਤੀ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਪੰਜਾਬ ਵਿੱਚ এਸ਼ੀਆ ਦੇ ਸਭ ਤੋਂ ਵੱਡੇ ਕੰਪਰੈਸਡ ਵాయੋਗੈਨਸ ਪਲਾਂਟ ਦਾ ਉਦਘਾਟਨ ਹੋਇਆ ਪੰਜਾਬ ਸਰਕਾਰ ਚਾਰ ਬਾਗਵਾਨੀ ਅਸਟੇਟ ਸਥਾਪਿਤ ਕਰੇਗਾ ਪੰਜਾਬ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਮਹੀਨਾਵਾਰ ਵਜ਼ੀਫੇ ਦਾ ਐਲਾਨ ਕੀਤਾ ਪੰਜਾਬ ਵਿੱਚ ਇੱਕ ਪੈਨਸ਼ਨ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਨੈਕਸਟ ਹੈ ਥਾਲੀ ਵਿੱਚ ਕਿਹੜੇ ਪ੍ਰਸਿੱਧ 올ੰਪੀਅਨ ਮੁੱਕੇबाज ਪਦਮ ਸ਼੍ਰੀ ਅਤੇ ਅਰਜੁਨ ਅਵਾਰਡ ਦੇ ਨਾਲ ਸਨਮਾਨਿਤ ਇਸ ਤੋਂ ਇਲਾਵਾ ਏਸ਼ੀਆ ਏਸ਼ੀਆਈ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਖਿਡਾਰੀ ਦਾ ਦਿਹਾਂਤ ਹੋਇਆ। ਹਾਂਜੀ ਕਿਹੜੇ ਪ੍ਰਸਿੱਧ 올ੰਪੀਅਨ ਮੁੱਕੇਬਾਜ਼ ਆ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਅਰਜੁਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਏਸ਼ੀਆਈ ਸੋਨ ਮੈਡਲ ਵੀ ਜਿੱਤੇ ਉਹਨਾਂ ਨੇ ਤੇ ਉਹ ਮੁੱਕੇਬਾਜ਼ ਆ ਜੀ ਪੰਜਾਬ ਦੇ ਸੰਗਰੂਰ ਦੇ ਆ। ਠੀਕ ਹੈ ਕੌਰ ਸਿੰਘ ਜਿਨ੍ਹਾਂ ਦੇ ਬਾਰੇ ਆਪਾਂ ਉੱਪਰ ਗੱਲ ਵੀ ਕੀਤੀ ਹੈ অপਸ਼ਨ A ਇਜ਼ ਦਾ ਰਾਈਟ ਆਂਸਰ ਬੌਕਸਰ ਕੌਰ ਸਿੰਘ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹ ਨੇ 85 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਦਿਹਾਂਤ ਹੋਇਆ ਤੇ ਇਹ ਨੇ ਕੌਰ ਸਿੰਘ ਇਮੇਜ ਦੇ ਵਿੱਚ ਠੀਕ ਹੈ ਤੇ ਇਹ ਨੇ 올림픽 ਮੁੱਕੇਵਾਜ਼ ਪਦਮ ਸ਼੍ਰੀ ਅਰਜੁਨ ਅਵਾਰਡ ਅਤੇ ਏਸ਼ੀਆਈ ਸੋਨ ਮੈਡਲ ਵਿਜੇਤਾ ਕੌਰ ਨੇ ਕੌਰ ਸਿੰਘ ਇਹਨਾਂ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਤੇ ਉੱਪਰ ਵੀ ਪੰਜਾਬ ਸਰਕਾਰ ਨੇ 4 ਦਿਨ ਪਹਿਲਾਂ ਹੀ ਇਹ ਘੋਸ਼ਣਾ ਕੀਤੀ ਸੀ ਠੀਕ ਹੈ ਇਹਨਾਂ ਮਤਲਬ ਕਿ 2 ਦਿਨ ਪਹਿਲਾਂ ਹੀ ਇਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਇਹਨਾਂ ਦੇ ਬਾਰੇ ਵੀ ਲੈਸਨ ਆ ਜਿਹੜਾ ਸਕੂਲਾਂ ਦੇ ਵਿੱਚ ਸ਼ਾਮਿਲ ਹੋਵੇਗਾ ਇਹਨਾਂ ਦੇ ਜੀਵਨ ਬਾਰੇ ਤੇ ਉਹ ਖੁਸ਼ੀ ਦੇ ਨਾਲ ਹੀ ਤੇ ਇਹਨਾਂ ਨੂੰ ਦੇਖੋ 2 ਦਿਨ ਪਹਿਲਾਂ ਇੱਕ ਖੁਸ਼ੀ ਮਿਲੀ ਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਡੈਥ ਵੀ ਹੋ ਗਈ ਆ ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ ਇਹਨਾਂ ਦੀ ਰੀਸੈਂਟਲੀ ਡੈਥ ਹੋਈ ਆ ਜਿਹੜੇ ਸਟੂਡੈਂਟਸ ਨੇ ਪਟਵਾਰੀ ਦਾ ਪੇਪਰ ਦੇਣਾ ਜਾਂ ਫਿਰ ਤੁਹਾਡੇ ਪੇਪਰ ਆ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਹੀ ਨੀਅਰ ਆ ਠੀਕ ਹੈ ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਨੇ ਇਸ ਤਰ੍ਹਾਂ ਦੇ ਐਨਸੀਕਿਊ ਆਉਂਦੇ ਦੋਨੋਂ ਐਮਸੀਕਿਊ ਤੁਹਾਡੇ ਲਈ ਬਹੁਤ ਇੰਪੋਰਟੈਂਟ ਸੀ ਇਹ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਰਾਜ ਵਿੱਚ ਮਹਿੰਗਾਈ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹਾਂਜੀ ਮਹਗਾਈ ਰਾਹਤ ਰਾਹਤ ਠੀਕੇ ਜਿਹੜਾ ਕੈਂਪ ਆ ਇਹ ਸ਼ੁਰੂ ਕੀਤਾ ਗਿਆ ਵਾ ਰਿਲੀਫ ਕੈਂਪ ਜੀ ਨੂੰ ਅਸੀਂ ਬੋਲ ਸਕਦੇ ਆ ਤੇ ਰਾਜਸਥਾਨ ਦੇ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਨੇ ਸ਼ੁਰੂ ਕੀਤਾ অপਸ਼ਨ এ ਇਸ ਦਾ রাইਟ ਆਨਸਰ ਹੈ ਰਾਜਸਥਾਨ ਠੀਕੇ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਮਹਗਾਈ ਰਾਹਤ ਕੈਂਪ ਆ ਇਹਦੇ ਵਿੱਚ ਕੀ ਚੀਜ਼ ਆ ਜਾਂ ਇਹਦੇ ਵਿੱਚ ਹੈ ਕੀ ਆ ਦੇਖੋ ਇਸ ਦੇ ਵਿੱਚ 500 ਰੁਪਏ ਦੇ ਵਿੱਚ ਸਿਲੰਡਰ ਮਿਲੇਗਾ 100 ਯੂਨਿਟ ਵਿਜਲੀ ਫ੍ਰੀ ਮਿਲੇਗੀ ਕਿਸਾਨਾਂ ਨੂੰ ਐਗਰੀਕਲਚਰ ਦੇ ਲਈ 1000 ਯੂਨਿਟ ਮਿਲੇਗੀ ਤੇ ਇਸ ਦੇ ਵਿੱਚ 10 ਯੋਜਨਾਵਾਂ ਨੇ ਇਸ ਤਰ੍ਹਾਂ ਦੀਆਂ ਜਿਸ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਇਸ ਦਾ ਮੁੱਖ ਮੇਨ ਮੁੱਦਾ ਵਾ ਠੀਕ ਹੈ ਤੇ ਇਹ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਗਾਈ ਜਾਵੇਗੀ ਰਾਜਸਥਾਨ ਦੇ ਵਿੱਚ ਹੁਣੇ ਰਾਜਸਥਾਨ ਦੇ ਚੀਫ ਮਿਨਿਸਟਰ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਕੀ ਆ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਤੇ ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਰੰਥੋਂਬਰ ਨੈਸ਼ਨਲ ਪਾਰਕ デザਰਟ ਨੈਸ਼ਨਲ ਪਾਰਕ ਮੁਕੁੰਦਰਾ ਨੈਸ਼ਨਲ ਪਾਰਕ ਕੁੰਬਲਗੜ ਨੈਸ਼ਨਲ ਪਾਰਕ ਰਿਓਲਾ ਦੇਵ ਨੈਸ਼ਨਲ ਪਾਰਕਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ Rajasthan ਮਨਰੇਗਾ ਦੇ ਤਹਿਤ ਮੈਨਡੇ ਉਤਪਾਦਨ ਵਿੱਚ Rajasthan ਸਭ ਤੋਂ ਟੌਪ ਤੇ ਰਿਹਾ ਹਾਂਜੀ Rajasthan ਦੇ ਜੋਧਪੁਰ ਸ਼ਹਿਰ ਵਿੱਚ ਦੋ ਰੋਜਾ ਬਾਜਰਾ ਉਤਸਵ ਦਾ ਆਯੋਜਨ ਕੀਤਾ ਗਿਆ ਦੁਨੀਆ ਦਾ ਤੀਜਾ ਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਰਾਜਸਥਾਨ ਦੇ ਵਿੱਚ ਬਣਾਇਆ ਜਾਵੇਗਾ 23 ਮਾਰਚ ਨੂੰ ਰਾਜਸਥਾਨ ਦਾ ਸਥਾਪਨਾ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਦੇਸ਼ ਦਾ ਕਮਰਸ਼ੀਅਲ ਲੂਨਰ ਲੈਂਡਰ ਚੰਦਰਮਾ ਤੇ ਆ ਸਫਲ ਹੋਣ ਤੋਂ ਬਾਅਦ ਗਵਾਚ ਗਿਆ ਹਾਂਜੀ ਕਮਰਸ਼ੀਅਲ ਲੂਨਰ ਲੈਂਡਰ ਇਹ ਜਾਪਾਨ ਦਾ ਸੀਗਾ ਤੇ ਇਹ ਚੰਦਰਮਾ ਤੇ ਅਸਫਲ ਹੋਣ ਤੋਂ ਬਾਅਦ ਗਲੋਬ ਹੋ ਗਿਆ অপশন সি ইজ দা রাইট आंसर जापान ਹੁਣੇ ਜਪਾਨ ਦਾ ਸੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਪਾਨ ਜਪਾਨ ਦੀ ਕੈਪੀਟਲ ਕੀ ਹੈ ਟੋਕੀਓ ਇਥੋਂ ਦੀ ਕਰੰਸੀ ਹੈ ਜੇਨ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਫੋਮਿਓ ਕਿਆਸੀ ਦਾ ਠੀਕ ਹੈ ਤੇ ਭਾਰਤ ਤੇ ਜਪਾਨ ਦੇ ਵਿੱਚ ਘਾਰ ਸੰਯੁਕਤ ਸਿੱਖਲਾਈ ਅਭਿਆਸ ਧਰਮ ਗਾਇਡিয়ান ਸ਼ੁਰੂ ਹੋਇਆ ਭਾਰਤ ਨੇ ਜਪਾਨ ਨੂੰ ਪਛਾੜ ਕੇ ਵਿਸ਼ਵ ਪੱਧਰ ਤੇ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣਿਆ ਭਾਰਤ ਤੇ ਜਾਪਾਨ ਵਿਚਕਾਰ ਸੰਯੁਕਤ ਅਭਿਆਸ ਵੀਰ ਗਾਰਡੀਅਨ 2023 ਸਮਾਪਤ ਹੋਇਆ। ਮਾਲਾਬਾਰ ਅਭਿਆਸ 2022 ਜਾਪਾਨ ਦੇ ਵਿੱਚ ਸ਼ੁਰੂ ਹੋਇਆ। ਜਾਪਾਨ ਨੇ ਸਮਲਿੰਗੀ ਜੋੜਿਆਂ ਲਈ ਭਾਈ ਵਾਲੇ ਸਰਟੀਫਿਕੇਟਸ ਗੇਮ ਸ਼ੁਰੂ ਕੀਤੀ। ਨੈਕਸਟ ਹੈ। ਹਾਲ ਹੀ ਵਿੱਚ ਕਿਸ ਦੇਸ਼ ਦੇ ਰਤਨ ਟਾਟਾ ਨੂੰ ਆਪਣੇ ਸਰਵੋੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ? ਹਾਂਜੀ ਰੀਸੈਂਟਲੀ ਆਸਟ੍ਰੇਲੀਆ ਦੇਸ਼ ਨੇ ਰਤਨ ਟਾਟਾ ਨੂੰ ਆਪਣੇ ਸਰਵੋਤਮ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਆਸਟ੍ਰੇਲੀਆ ਦਾ ਸਰਵੋਤਮ ਨਾਗਰਿਕ ਪੁਰਸਕਾਰ ਹੈ ਕਿਹੜਾ ਵਾ ਆਰਡਰ ਆਫ ਆਸਟ੍ਰੇਲੀਆ ਤੇ ਇਸ ਦਿਨਾਂ ਰਤਨ ਟਾਟਾ ਨੂੰ ਸਨਮਾਨਿਤ ਕੀਤਾ ਗਿਆ ਹੁਣ ਆਸਟ੍ਰੇਲੀਆ ਦੀ ਗੱਲ ਆ ਤਾਂ ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਕੈਨਵਰਾ ਇੱਥੋਂ ਦੀ ਕਰੰਸੀ ਕੀ ਆ ਆਸਟ੍ਰੇਲੀਅਨ ਡਾਲਰ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਐਂਥਨੀ ਅਲਬਨੀਜ਼ ਨੈਕਸਟ ਟੀਐਮ ਸੀ ਕੀ ਹੋ ਆ ਜੀ ਹਾਲ ਹੀ ਵਿੱਚ ਕਿਸ ਨੂੰ ਹਾਂਜੀ ਰੀਸੈਂਟਲੀ ਕਿਸ ਨੂੰ ਨਾਸਕਾਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹਾਂਜੀ ਨਾਸਕਾਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਨੰਤ ਮਹੇਸ਼ਵਰੀ ਨੂੰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨਾਸਕਾਮ ਦੀ ਫੁੱਲ ਫਾਰਮ ਕੀ ਹੈ ਤਾਂ ਨਾਸਕਾਮ ਦੀ ਫੁੱਲ ਫਾਰਮ ਹੈ ਜੀ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸ ਕੰਪਨੀਆਂਸ ਠੀਕ ਹੈ ਹਾਂਜੀ ਹੁਣ ਅਸੀਂ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਰੰਤੇੇ ਠਾਕੁਰ ਨੂੰ ਟਾਟਾ ਇਲੈਕਟ੍ਰੋਨਿਕਸ ਦੁਆਰਾ ਐਮ ਡੀ ਅਤੇ ਸੀਈਓ ਚੁਣਿਆ ਗਿਆ ਜੇਤਰ ਲੋਕ ਸਿੰਘ ਚੋਹਾਨ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਚੁਣਿਆ ਗਿਆ ਜੇ ਬੱਟੂ ਦੇਵਾਨੰਦ ਨੇ ਮ드ਰਾਸ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸੌ ਚੁੱਕੀ ਐਲ ਆਈ ਸੀ ਨੇ ਰਤਨਾ ਰਤਨਾਕਰ ਪਟਨਾਇਕ ਨੂੰ ਮੁੱਖ ਨਿਵੇਸ਼ ਅਧਿਕਾਰੀ ਚੁਣਿਆ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਕੈਨੇਸੇ ਉਮੀਦਵਾਰ ਨੂੰ ਆਪਣਾ ਨਵਾਂ ਐਮ ਡੀ ਚੁਣਿਆ Tata Power ਨੇ Parveer Sinha ਨੂੰ MD ਅਤੇ CEO ਚੁਣਿਆ। Niranjan Gupta ਨੂੰ Hero MotoCorp ਦਾ CEO ਚੁਣਿਆ ਗਿਆ। ਨੈਕਸਟ ਹੈ ਜੀ ਹਾਲ ਹੀ ਵਿੱਚ ਜਾਰੀ SIPRI ਹਾਂਜੀ SIPRI ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਵੈਸੇ GK ਦੇ ਪੁਆਇੰਟ ਆਫ 뷰 ਤੋਂ ਵੀ ਆ ਸਕਦੀ ਹੈ। Stockholm International Peace Research Institute ਇਸ ਨੇ ਰੀਸੈਂਟਲੀ ਇੱਕ ਰਿਪੋਰਟ ਕੱਢੀ ਹੈ ਕਿ ਕਿਹੜਾ ਦੇਸ਼ ਵਿਸ਼ਵ ਫੌਜੀ ਖਰਚਿਆਂ ਦੇ ਵਿੱਚ ਟੌਪ ਤੇ ਰਿਹਾ। ਹਾਂਜੀ ਪੂਰੇ ਸੰਸਾਰ ਦੇ ਵਿੱਚ ਫੌਜੀ ਖਰਚਿਆਂ ਦੇ ਮਾਮਲੇ ਦੇ ਵਿੱਚ ਕਿਹੜਾ ਦੇਸ਼ ਟੌਪ ਤੇ ਆ ਅਮਰੀਕਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਜਾਨੀ ਕਿ ਅਮਰੀਕਾ ਆਪਣੀ ਫੌਜ ਤੇ ਸਭਨ ਨਾਲੋਂ ਜ਼ਿਆਦਾ ਖਰਚਾ ਕਰਦਾ ਸੈਕਿੰਡ ਤੇ ਕਰਦਾ ਵਾ ਚਾਈਨਾ ਸੌਰੀ ਸੈਕਿੰਡ ਤੇ ਹਾਂਜੀ ਸੈਕਿੰਡ ਤੇ ਆ ਚਾਈਨਾ ਥਰਡ ਤੇ ਆ ਰਸ਼ੀਆ ਫੋਰਥ ਤੇ ਆ ਇੰਡੀਆ ਠੀਕ ਹੈ ਹੁਣ ਅਮਰੀਕਾ ਟੌਪ ਤੇ ਆ ਤਾਂ ਅਮਰੀਕਾ ਦੀ ਕੈਪੀਟਲ ਕੀ ਆ ਵਾਸ਼ਿੰਗਟਨ ਡੀਸੀ ਇਥੋਂ ਦੀ ਕਰੰਸੀ ਕੀ ਆ ਅਮਰੀਕਨ ਡਾਲਰ ਠੀਕ ਹੈ ਤੇ ਅਮਰੀਕਨ ਡਾਲਰ ਦੀ ਗੱਲ ਕੀਤੀ ਆਪਾਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਇੱਥੋਂ ਦੇ ਪ੍ਰੈਜ਼ੀਡੈਂਟ ਦੀ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੋਰ ਵਾਈਨ ਇੱਥੋਂ ਦੇ ਵਾਇਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਭਾਰਤੀ ਅਮਰੀਕੀ ਰਾਧਾ ਆਯੰਗਰ ਪਲੰਬ ਨੂੰ ਯੂਐਸ ਵਿੱਚ ਡਿਪਟੀ ਅੰਡਰ ਸੈਕਟਰੀ ਆਫ ਡਿਫੈਂਸ ਚੁਣਿਆ ਗਿਆ ਐਰੋਨ ਦੁਆਰਾ ਜਾਰੀ ਗਲੋਵਲ ਯੂਨੀਕ੍ਰੋਨ ਇੰਡੈਕਸ ਦੇ ਵਿੱਚ ਅਮਰੀਕਾ ਟੌਪ ਤੇ ਰਿਹਾ ਨੀਲੀ ਬੈਂਦਾਪੁੜੀ ਨੂੰ ਯੂਐਸ ਇੰਡੀਆ ਟਾਸਕ ਫੋਰਸ ਦਾ ਨਾਮ ਦਿੱਤਾ ਗਿਆ ਅਮਰੀਕਾ ਸਾਲ 2022-23 ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ। ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕੀ? ਹਾਂਜੀ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕੀ ਆ। ਮੁਹੰਮਦ ਸਹਾਬੁਦੀਨ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਵੈਰੀ ਵੈਰੀ ਇੰਪੋਰਟੈਂਟ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਮੁਹੰਮਦ ਸਹਾਬੁਦੀਨ ਤੇ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ ਬਣੇ ਆ ਹੁਣੇ ਬੰਗਲਾਦੇਸ਼ ਦੇ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਬੰਗਲਾਦੇਸ਼ ਦੀ ਕੈਪੀਟਲ ਆ ਡਾਕਾ ਇਥੋਂ ਦੀ ਕਰੰਸੀ ਆ ਟਕਾ ਇਥੋਂ ਦੇ ਪ੍ਰੈਜ਼ੀਡੈਂਟ ਆ ਮੁਹੰਮਦ ਸਹਾਬੁਦੀਨ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਸੇਖ ਹਸੀਨਾ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਭਾਰਤ ਨਾਲ ਲੱਗਦੀ ਹੈ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਹੈ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ ਅਭੀ ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚਕਾਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੇ ਸੰਸਦ ਦਾ ਨਾਮ ਆ ਜਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਹੜੇ ਰਾਜ ਦੇ ਪਹਿਲੇ ਪਦਮ ਸ਼੍ਰੀ ਵਿਜੇਤਾ ਹਿਮਾਂਸ਼ੂ ਮੋਹਨ ਚੌਧਰੀ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਹਾਂਜੀ ਤ੍ਰਿਪੁਰਾ ਰਾਜ ਦੇ ਆ ਪਦਮ ਸ਼੍ਰੀ ਵਿਜੇਤਾ ਹਿਮਾਂਸ਼ੂ ਮੋਹਨ ਚੌਧਰੀ ਇਹਨਾਂ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ অপਸ਼ਨ ਏ ਇਜ਼ ਦਾ ਰਾਈਟ ਆਨਸਰ ਤ੍ਰਿਪੁਰਾ ਹੁਣ ਤ੍ਰਿਪੁਰਾ ਦੇ ਆ ਤਾਂ ਤ੍ਰਿਪੁਰਾ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਠੀਕ ਹੈ ਹੁਣ ਜਿਹੜੇ ਵੀ ਸਟੂਡੈਂਟਸ ਨੂੰ ਤ੍ਰਿਪੁਰਾ ਦੀ ਕੈਪੀਟਲ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਕਿ ਤ੍ਰਿਪੁਰਾ ਦੀ ਕਿਹੜੀ ਕੈਪੀਟਲ ਹੈ ਠੀਕ ਹੈ ਜੀ ਕਿਉਂਕਿ ਤ੍ਰਿਪੁਰਾ ਦੀ ਜੇਕਰ ਆਪਾਂ ਗੱਲ ਕਰੀਏ ਤ੍ਰਿਪੁਰਾ ਦੀ ਕੈਪੀਟਲ ਹੈ ਜੀ ਹਾਂਜੀ ਜਲਦੀ ਨਾਲ ਲਿਖੋ 3 ਸੈਕਿੰਡ ਦਿੰਦੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਮਾਨਿਕ ਸ਼ਾ ਇੱਥੋਂ ਦੇ ਗਵਰਨਰ ਆ ਸਤਿਆਦੇਵ ਨਾਰਾਇਣ ਆਰੀਆ ਤ੍ਰਿਪੁਰਾ ਦੇ ਵਿੱਚ ਕਲਾਊਡਡ ਲਿਓਪਾਰਡ ਨੈਸ਼ਨਲ ਪਾਰਕ ਤ੍ਰਿਪੁਰਾ ਰਾਜਪਾਤ ਦਾ ਸਭ ਤੋਂ ਜ਼ਿਆਦਾ ਭਾਗ ਆ ਜਿਹੜਾ ਤ੍ਰਿਪੁਰਾ ਦਾ ਜੰਗਲਾਂ ਦੇ ਨਾ ਠੀਕ ਹੈ ਜੇ ਏ ਕੇ ਸਿੰਘ ਨੂੰ ਤ੍ਰਿਪੁਰਾ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਚੁਣਿਆ ਗਿਆ ਚੋਣ ਕਮਿਸ਼ਨਰ ਨੇ ਤ੍ਰਿਪੁਰਾ ਵਿੱਚ ਮਿਸ਼ਨ 929 ਦੀ ਸ਼ੁਰੂਆਤ ਕੀਤੀ त्रिपुरा ਦੇ ਮੁੱਖ ਮੰਤਰੀ ਨੇ ਅਮਰ ਸਰਕਾਰ ਪੋਰਟਲ ਲਾਂਚ ਕੀਤਾ। Tripura ਸਰਕਾਰ ਨੇ ਅਰਣ ਵਿੱਦ ਲਰਨ ਸਕੀਮ ਸ਼ੁਰੂ ਕੀਤੀ। Tripura ਸਰਕਾਰ ਨੇ ਮੋਬਾਈਲ ਵੈਟਰਨਰੀ ਸਿਹਤ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਨੈਕਸਟ ਹੈ ਹਾਲ ਹੀ ਵਿੱਚ ਕਿਸ ਅਭਿਨੇਤਰੀ ਨੂੰ ਲਤਾ ਦਿਨਾਨਾਥ ਮੰਗੇ ਸ਼ੰਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ? ਹਾਂਜੀ ਰੀਸੈਂਟਲੀ ਵਿਦਿਆ ਬਾਲਨ ਨੂੰ ਲਤਾ ਦਿਨਾਨਾਥ ਮੰਗੇ ਸ਼ੰਕਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। অপশন নাম্বার সি ইজ দা রাইট आंसर ਤੇ ਇਹਨਾਂ ਤੋਂ ਪਹਿਲਾਂ ਕਿੰਨਾਂ ਨੂੰ ਕੀਤਾ ਗਿਆ ਸੀ ਆਸਾ ਪੌਂਸਲੇ ਨੂੰ ਠੀਕ ਹੈ ਹੁਣ ਵਿਦਿਆਵਲਨ ਨੂੰ ਇਹ ਤੁਸੀਂ ਯਾਦ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਬৌਧਿਕ ਸੰਪਤੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਬৌਧਿਕ ਸੰਪਤੀ ਦਿਵਸ ਇਹ ਮਨਾਇਆ ਗਿਆ 26 ਅਪ੍ਰੈਲ ਨੂੰ অপਸ਼ਨ ਬੀ ਇਜ਼ ਦਾ রাইਟ ਆਨਸਰ ਹੁਣ ਅਪ੍ਰੈਲ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਹੈ ਤਾਂ ਜਿੰਨੇ ਵੀ ਅਪ੍ਰੈਲ ਦੇ ਇੰਪੋਰਟੈਂਟ ਦਿਵਸ ਦੀ ਅ ਮੈਂ ਤੁਹਾਨੂੰ ਕਰਵਾਇਆ ਹੁਣ ਤੱਕ ਉਹ ਮੈਂ ਬਿਲਕੁਲ ਸੀਕੁਐਂਸ ਵਾਈਜ਼ ਕਮੈਂਟ ਬਾਕਸ ਦੇ ਵਿੱਚ ਲਿਖ ਦਿੱਤੇ ਆ ਤੁਸੀਂ ਰਿਵਾਈਜ਼ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਵੀ ਕਰ ਸਕਦੇ ਹੋ ਨੈਕਸਟ ਹੈ ਜੀ ਹਾਲ ਹੀ ਵਿੱਚ 200 T20 ਇੰਟਰਨੈਸ਼ਨਲ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਗੇਂਦਬਾਜ਼ ਕੌਣ ਬਣਿਆ ਹਾਂਜੀ 200 T20 ਇੰਟਰਨੈਸ਼ਨਲ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਗੇਂਦਬਾਜ਼ ਬਣਿਆ ਮਾ ਜੀ ਸ਼ਾਹੀਨ ਅਫਰੀਦੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹਨਾਂ ਨੇ 25 ਸਾਲ ਦੀ ਉਮਰ ਦੇ ਵਿੱਚ 25 ਸਾਲ 157 ਦਿਨਾਂ ਦੀ ਉਮਰ ਦੇ ਵਿੱਚ ਇਹ ਰਿਕਾਰਡ ਬਣਾਇਆ ਠੀਕ ਹੈ ਤੇ ਹੁਣ ਆਪਾਂ ਗੱਲ ਕੀਤੀ ਹੈ ਇੱਕ ক্রিকেট ਦੀ ਠੀਕ ਹੈ ਤਾਂ ਆਈਕੋਨਿਕ ਸਿਡਨੀ ক্রিকেট ਮੈਦਾਨ ਵਿੱਚ ਸਚਿਨ ਤੇਂਦੁਲਕਰ ਦੇ ਨਾਮ ਤੇ ਇੱਕ ਗੇਟ ਦਾ ਉਦਘਾਟਨ ਕੀਤਾ ਗਿਆ ਕੇਐਲ ਰਾਹੁਲ T20 ক্রিকেট ਵਿੱਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ ਹਰਮਨਪ੍ਰੀਤ ਕੌਰ ਵਿਜ਼ਡਨ ਕ੍ਰਿਕਟ ਆਫ ਦਿイヤー ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ 5T ਸਕੂਲ ਪਰਿਵਰਤਨ ਦੀ ਸ਼ੁਰੂਆਤ ਕੀਤੀ ਪਹਿਲਾਂ ਤਾਂ ਤੁਹਾਨੂੰ ਇੱਥੇ 5T ਦਾ ਮਤਲਬ ਪਤਾ ਹੋਣਾ ਜ਼ਰੂਰੀ ਹੈ 5T ਆ ਇਹਨਾਂ ਦੇ ਪੰਜ ਵਰਡ ਆ ਪੰਜ मीनिंग ਆ ਇਹਦੀ ਕਿਹੜੇ-ਕਿਹੜੇ ਆ ਪਹਿਲਾ ਹੈਗਾ ਟਰਾਂਸਫਾਰਮੇਸ਼ਨ ਟੀਮਵਰਕ ਟੈਕਨੋਲੋਜੀ ਟਰਾਂਸਪੈਰੈਂਸੀ ਟਾਈਮ ਠੀਕ ਹੈ ਇਹ 5T ਸਕੂਲ ਪਰਿਵਰਤਨ ਦੀ ਸ਼ੁਰੂਆਤ ਕੀਤੀ ਆ ਉੜੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀ ਗਈ ਆ ਹੁਣ ਉੜੀਸਾ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਉੜੀਸਾ ਦੇ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਹਾਂਜੀ ਉੜੀਸਾ ਦੇ ਹਾਜੀ ਉੜੀਸਾ ਦੀ ਕੈਪੀਟਲ ਲਾ ਪੁਬਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਇੱਥੋਂ ਦੇ ਗਵਰਨਰਾ ਗਿਨੇਸ਼ੀਲਾ ਉੜੀਸਾ ਦਿਵਸ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ نیشنل ਪਾਰਕ ਸਿੰਪਲੀਪਾਲ نیشنل ਪਾਰਕ ਪੀਤਰ ਕਨਿਕਾ نیشنل ਪਾਰਕ ਚਿਲਕਾ ਸੈਂਕਚੂਰੀ ਉੜੀਸਾ ਦੇ ਵਿੱਚ ਚਿਲਕਾ ਝੀਲ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉੜੀਸਾ ਦੇ ਵਿੱਚ ਰੋਸ਼ੀ ਕੁਲੀ ਆ ਵਿੱਚ 골ਡਨ ਬੀਚਾ ਉੜੀਸਾ ਦੇ ਮੁੱਖ ਮੰਤਰੀ ਨੇ ਭਾਰਤ ਦਾ ਪਹਿਲਾ ਹੈਵੀ ਲਿਫਟ ਲੌਜਿਸਟਿਕ ਡਰੋਨ ਲਾਂਚ ਕੀਤਾ ਉੜੀਸਾ ਪੁਵਨੇਸ਼ਵਰ ਜੂਨ 2023 ਦੇ ਵਿੱਚ ਇੰਟਰਕੌਂਟੀਨੈਂਟਲ ਫੋਟੋਬਾਲ ਕੱਪ ਦੀ ਮੇਜ਼ਬਾਨੀ ਕਰੇਗਾ ਗੰਦਾ ਮਰਦਨ ਪਹਾੜੀ ਰੇਂਜ ਨੂੰ ਉੜੀਸਾ ਸਰਕਾਰ ਦੁਆਰਾ ਜੈ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ हां जी ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।